हाँ जी, सत श्री अकाल जी। मैं थोड़ा अपना दरवीश सिंह थोड़े नाल फिर एक बार हाजिर होया जी एक नवी वीडियो लेके। साढ़े एरिए दे विच एक स्टेशन बनिया होया आ जो कि हाई स्पीड ट्रेन लई स्पैशल तैयार किया गया सी कुछ कु साल पहला। नॉर्मल लोकल ट्रेन आ एक अंदर होर रजमिलिया दे विच स्टेशन है, उत्थे नॉर्मल ट्रेना चलदियां आ। इत्थे सिर्फ हाई स्पीड ट्रेना ही लंघदियां हन जो कि इटली दे विच सिर्फ कुछ कु ही शहरां दे विच इहदे स्टेशन बने आ। हर जगह स्टेशन नहीं आते हैं, पाँच छे एक जगह स्टेशन आ। तो आ जाओ इहदा शुरू करते हैं देखना, तो थानू दिखाने कि कुछ बनिया होया अंदर एक इंट्रो नाल। रेजोमिलिया ए वी मेडियो पदाना इहदा नाम रखा गया जी। इत्थे तुसी देख सकते हो एक साइड ते बार, एक होटल जिथे चाह पानी दा जगाड़मेंट हुंदा आ, जो भी सफर करके बंदे यात्री आते हैं इत्थे पहुंचते हैं ना। ये तुसी देख सकते हो इसकी बनत बहुत ही अलग ढंग दे नाल कीती गई है। सहूलतां इत्थे सारियां नूं दित्तियां गईयां, जो कोई पौड़ियां नहीं चढ़ता उहदे लई लिफ्ट लाई गई है, ऑटोमैटिक पौड़ियां भी लाईयां गईयां आ, तुसीं बाद चों देख सकदे हो वीडियो दे विच। ते बहुत वधिया अनोखे ढंग दे नाल स्टेशन दी बणत कीती गई आ। बाकी इत्थे पक्के मुलाजम स्टेशन ते हुंदे आ, पक्की ड्यूटी उहनां दी डेली दी साफ सफाई रखण दी। ते साफ सफाई दा बहुत ज़्यादा ध्यान रख्या जांदा क्योंकि बड़े पद्धर ते स्टेशन चलदा आ, ते इहदियां ट्रेटां दा वी बहुत हाई रेट हुंदा आ। ते आ तुसीं देख सकदे हो उपर स्क्रीन लगी हो कि टाइम ते कि ट्रेन आनी है, कि टाइम किधर नूं जानी है। प्लेटफॉर्म एक ते चार सिर्फ दो ही इत्थे लैंदा हन, ते दो सेंटर च वी हन पर ओह नहीं चलदियां, सिर्फ आले दुआले एक पासा जांदा एक पासा आंदा आ। ਅਤੇ ਉਹ ਮਸ਼ੀਨਾਂ ਲੱਗੀਆਂ ਆ, ਤੁਸੀਂ ਦੇਖ ਸਕਦੇ ਹੋ ਦੋ ਤਰ੍ਹਾਂ ਦੀਆਂ ਮਸ਼ੀਨਾਂ ਆ ਇੱਥੇ। ਜਿੱਦਾਂ ਦੋ ਮਾਡਲ ਟਿਕਟਾਂ ਦੇ ਆਉਂਦੇ, ਇੱਕ ਥੋੜ੍ਹੀ ਸਸਤੀਆਂ ਦੀ ਇੱਕ ਥੋੜ੍ਹੀ ਮਹਿੰਗੀਆਂ ਦੀ ਆ। ਐਟੋਮੈਟਿਕ ਮਸ਼ੀਨਾਂ ਆ, ਇੱਕ ਸਾਈਡ 'ਤੇ ਬਾਹਰਲੀ ਸਾਈਡ ਕਾਊਂਟਰ ਵੀ ਲੱਗੇ ਗਏ ਆ ਜਿੱਥੇ ਤੁਸੀਂ ਆਪ ਡਾਇਰੈਕਟ ਵੀ ਟਿਕਟ ਲੈ ਸਕਦੇ ਆ ਜੇ ਕਿਸੇ ਨੂੰ ਮਸ਼ੀਨ ਚਲਾਉਣੀ ਨਹੀਂ ਆਉਂਦੀ ਹੈਗੀ। ਅਤੇ ਆ ਜਾਓ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਪਰ ਪਲੈਟਫਾਰਮ 'ਤੇ ਜਿੱਥੇ ਟ੍ਰੇਨ ਆਉਂਦੀ ਆ, ਲਾਈਨਾਂ ਜਿੱਥੇ ਹੁੰਦੀਆਂ ਆ। ਸਟੇਸ਼ਨ ਉੱਪਰੋਂ ਵੀ ਬਹੁਤ ਸੋਹਣੇ ਢੰਗ ਦੇ ਨਾਲ ਤਿਆਰ ਕੀਤਾ ਗਿਆ ਡਿਜ਼ਾਇਨ ਇਹਦਾ। ਪਲੈਟਫਾਰਮ 'ਤੇ ਪਹੁੰਚ ਚੁੱਕੇ ਹਾਂ ਅਤੇ ਇੱਥੇ ਟ੍ਰੇਨ ਜਿਹੜੀ ਨੌਰਥ ਸਾਈਡ ਤੋਂ ਆ ਕੇ ਸਾਊਥ ਸਾਈਡ ਨੂੰ ਜਾਂਦੀ ਆ, ਜੋ ਕਿ ਮਿਲਾਨ ਤੋਂ ਥੱਲੇ ਨੂੰ ਜਾਂਦੀ ਆ ਰੋਮ ਵੱਲੋਂ, ਉਹ ਇਸ ਸਾਈਡ ਖੜ੍ਹਦੀ ਹੈ। ਜਿਹੜੀ ਰੋਮ ਵੱਲੋਂ ਥੱਲੜੀ ਸਾਈਡ ਤੋਂ ਇਟਲੀ ਦੇ ਉੱਪਰ ਨੂੰ ਟ੍ਰੇਨ ਆਉਂਦੀ ਉਹ ਪਰਲੀ ਸਾਈਡ ਇੱਕ ਨੰਬਰ 'ਤੇ ਖੜ੍ਹਦੀ ਆ। ਬਾਕੀ ਡਿਜ਼ਾਇਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ, ਲੰਬਾ ਕਾਫੀ ਆ, ਸਾਰਾ ਕਵਰ ਹੋਇਆ, ਕੋਈ ਮੀਂਹ ਖੀਣੀ ਦੇ ਵਿੱਚ ਵੀ ਕੋਈ ਇੱਦਾਂ ਦਾ ਇਸ਼ੂ ਨਹੀਂ ਹੈਗਾ ਵੀ ਅੰਦਰ ਪਾਣੀ ਆ ਜਾਵੇ। ਬਾਕੀ ਮੈਂ ਤੁਹਾਨੂੰ ਚੇਤਾ ਕਰਾ ਦੇਵਾਂ, ਜੇ ਕਿਸੇ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ, ਅਤੇ ਤੁਹਾਡੀ ਸਬਸਕ੍ਰਾਈਬ ਦੇ ਨਾਲ ਸਾਨੂੰ ਹਿੰਮਤ ਮਿਲਦੀ ਆ ਹੋਰ ਵੀਡੀਓ ਬਣਾਉਣ ਲਈ। ਅਤੇ ਪਲੀਜ਼ ਸਬਸਕ੍ਰਾਈਬ ਦੇ ਨਾਲ ਬੈੱਲ ਬਟਨ ਜ਼ਰੂਰ ਦਬਾ ਦਿਆ ਕਰੋ, ਕਾਲੀ ਘੰਟੀ ਕਰ ਦਿਆ ਕਰੋ, ਕਿਉਂਕਿ ਨਹੀਂ ਤਾਂ ਸਬਸਕ੍ਰਾਈਬ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ, ਅਤੇ ਤੁਹਾਨੂੰ ਨੋਟੀਫਿਕੇਸ਼ਨ ਵੀ ਨਹੀਂ ਪਹੁੰਚਣਾ ਸਾਡੀ ਆਉਣ ਵਾਲੀਆਂ ਵੀਡੀਓ ਦੇ ਵਿੱਚ। ਬਾਕੀ ਮੈਂ ਤਿਆਰੀ ਕਰ ਰਿਹਾ, ਹੋਰ ਕੁਛ ਥੋੜ੍ਹੀ ਥੋੜ੍ਹੀਆਂ ਗੱਲਾਂ ਆਲੇ ਦੁਆਲੇ ਕੁਛ ਪਲੈਨਿੰਗ ਹੋ ਰਹੀ ਹੈ ਜਾਣ ਦੀ, ਕੁਛ ਚੀਜ਼ਾਂ ਤੁਹਾਨੂੰ ਥੋੜ੍ਹਾ ਵਧੀਆ ਵਧੀਆ ਦਿਖਾਉਣ ਦੀ। ਅਤੇ ਤੁਸੀਂ ਬਹੁਤ ਵਾਰੀ ਦੇਖਿਆ ਹੋਣਾ ਆ ਕਿ ਆਮ ਬੜੇ ਸਿਟੀ ਏਰੀਏ ਦਾ ਮਿਲਾਨ ਰੋਮ, ਉਹਨਾਂ ਦੀ ਆਮ ਲੋਕਲ ਹਰ ਕੋਈ ਵੀਡੀਓ ਬਣਾਉਂਦਾ ਆ, ਲੇਕਿਨ ਲੋਕਲ ਏਰੀਆ ਜਿਹੜਾ ਹੁੰਦਾ ਆ ਉਹਦੀ ਬਹੁਤ ਵੇਲਾ ਹੀ ਕੋਈ ਵੀਡੀਓ ਬਣਾਉਂਦਾ। ਮੈਂ ਤੁਹਾਨੂੰ ਆਮ ਲਾਈਫ ਦਿਖਾ ਲੈਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਕੁਛ ਤੁਹਾਨੂੰ ਆਈਡੀਏ ਮਿਲੂੰਗੇ ਇਹਦੇ ਵਿੱਚੋਂ। ਮੇਰਾ ਅਸਲੀ ਮਕਸਦ ਇਹ ਆ ਵੀ ਜੋ ਵੀ ਇਹਦੇ ਵਿੱਚ ਵੀਡੀਓ ਦੇਖ ਰਿਹਾ ਖਾਸ ਕਰ ਸਾਡੇ ਪੰਜਾਬ ਦੇ ਵਿੱਚ, ਵੀ ਉਹਨਾਂ ਨੂੰ ਜੇ ਕੋਈ ਇੱਥੋਂ ਆਈਡੀਆ ਲੈ ਸਕਦਾ ਕੋਈ ਚੀਜ਼ ਤਿਆਰ ਕਰਨ ਦਾ, ਕੋਈ ਕਿਸੇ ਵੀ ਤਰ੍ਹਾਂ ਦੀ ਚੀਜ਼ ਬਣਾਉਣ ਲਈ, ਹੈ ਨਾ, ਕੋਈ ਮੰਨ ਲਓ ਮਕਾਨ ਬਣਾਉਂਦਾ ਕੋਈ ਕੁਛ ਬਣਾਉਂਦਾ ਆ,
ਉਹਦਾ ਆਈਡੀਆ ਇਹਦੇ ਵਿੱਚੋਂ ਕੁਛ ਵੀਡੀਓ ਦੇ ਵਿੱਚੋਂ ਕੋਈ ਟਿੱਪਾਂ ਲੈ ਸਕਦਾ ਆ ਵੀ ਹਾਂਜੀ ਅਸੀਂ ਇੱਦਾਂ ਕਰ ਸਕਦੇ ਹਾਂ। ਮੇਰਾ ਮੇਨ ਮਕਸਦ ਇਹੀ ਆ ਅਤੇ ਹਰ ਤਰ੍ਹਾਂ ਦੀ ਇੱਥੇ ਵੀਡੀਓ ਲੈ ਕੇ ਆਊਂਗਾ, ਜ਼ਰੂਰੀ ਨਹੀਂ ਸਿਰਫ ਜਗ੍ਹਾ ਦਿਖਾ ਲੈਣ ਦੀ, ਕੋਈ ਕੰਮ ਕੁੰਮ ਦੀ ਆ ਵੀ ਕੋਈ ਕੰਮ ਚੱਲ ਰਿਹਾ ਕਿਸੇ ਵੀ ਤਰ੍ਹਾਂ ਦਾ ਉਹਦੀ ਵੀ ਜ਼ਰੂਰ ਵੀਡੀਓ ਇਸ ਚੈਨਲ 'ਤੇ ਪਾਇਆ ਕਰਾਂਗੇ ਅਤੇ ਤੁਸੀਂ ਵੱਧ ਚੜ੍ਹ ਕੇ ਸਪੋਰਟ ਕਰੋ। ਬਸ ਮੇਰੀ ਤਾਂ ਤੁਹਾਨੂੰ ਇੰਨੀ ਕੁ ਰਿਕੁਐਸਟ ਆ ਅਤੇ ਬਾਕੀ ਤੁਸੀਂ ਕਮੈਂਟ ਵਿੱਚ ਜ਼ਰੂਰ ਸਾਨੂੰ ਦੱਸਿਓ ਕਿਵੇਂ ਲੱਗੀ ਵੀਡੀਓ। ਜੇ ਕੋਈ ਖਾਸ ਤੁਸੀਂ ਜਗ੍ਹਾ ਵਿਜ਼ਿਟ ਕਰਨਾ ਚਾਹੁੰਦੇ ਹਾਂ ਕਿ ਕੋਈ ਅੱਜ ਤੱਕ ਤੁਹਾਨੂੰ ਪਤਾ ਹੈ ਵੀ ਹਾਂਜੀ ਅਸੀਂ ਉਹ ਚੀਜ਼ ਦੇਖਣਾ ਚਾਹ ਰਹੇ, ਉਹਦੇ ਬਾਰੇ ਤੁਸੀਂ ਸੁਣਿਆ ਬਹੁਤ ਆ ਨਾ, ਅਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਮੈਂ ਕੋਸ਼ਿਸ਼ ਕਰੂੰਗਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਉਹ ਏਰੀਆ ਜ਼ਰੂਰ ਦਿਖਾ ਲਊਂਗਾ, ਉਹ ਚੀਜ਼ ਜ਼ਰੂਰ ਦਿਖਾ ਲਊਂਗਾ ਜੋ ਤੁਸੀਂ ਦੇਖਣਾ ਚਾਹੁੰਦੇ ਹੋ। ਹੁਣ ਅਸੀਂ ਵਾਪਸ ਥੱਲੇ ਆ ਚੁੱਕੇ ਹਾਂ, ਇੱਥੇ ਕੁਛ ਕੁ ਟਾਈਮ ਪਹਿਲਾਂ ਨੋਰਮਲ ਜਿਹਾ ਸੀ, ਹੁਣ ਤਾਂ ਬੱਸ ਸਟੈਂਡ ਬਣ ਚੁੱਕਿਆ ਹੈ, ਇੱਥੇ ਸਪੈਸ਼ਲ ਬੱਸਾਂ ਦਾ ਏਰੀਆ, ਇੱਕ ਫਾਰਮੇਸੀ ਬਣ ਚੁੱਕੀ ਹੈ ਕੁਛ ਟਾਈਮ ਤੋਂ, ਇਹ ਐਸੇ ਸਾਲ ਵਿੱਚ ਇਹ ਬਣੀ ਆ ਫਾਰਮੇਸੀ, ਇੰਨਾ ਟਾਈਮ ਨਹੀਂ ਹੋਇਆ ਹਜੇ ਇਹਨੂੰ। ਅਤੇ ਆਹ ਤੁਸੀਂ ਦੇਖ ਸਕਦੇ ਹੋ ਬਾਹਰੋਂ ਬਣਤੇ ਦੀ ਸਟੇਸ਼ਨ ਦੀ ਬਹੁਤ ਹੀ ਅਲੱਗ ਢੰਗ ਦੇ ਨਾਲ ਬਣਾਇਆ ਗਿਆ ਆ। ਫਿਲਹਾਲ ਇੱਥੇ ਪੂਰੀ ਇਟਲੀ 'ਚ ਇਹਦੇ ਨਾਲ ਦਾ ਸਟੇਸ਼ਨ ਕਿਤੇ ਨਹੀਂ ਹੈਗਾ, ਬਹੁਤ ਸੋਹਣਾ ਬਣਾਇਆ ਇਹਨੂੰ। ਨਾਲ ਇੱਕ ਸਾਈਡ ਤੋਂ ਲੋਕਲ ਟ੍ਰੇਨ ਜਿਹੜੀ ਸਾਡੇ ਪਿੰਡਾਂ ਵਿੱਚ ਚੱਲਦੀ ਆ ਉਹ ਇੱਕ ਸਾਈਡ ਤੋਂ ਲੰਘਦੀ ਆ, ਅਤੇ ਉਹ ਉਹਦਾ ਅਲੱਗ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ, ਉਹਦੇ ਵਿੱਚ ਉਹਦਾ ਸਾਈਡ 'ਤੇ ਪਲੇਟਫਾਰਮ ਬਣਾਇਆ ਹੋਇਆ, ਲੋਕਲ ਟ੍ਰੇਨ ਸਾਡੇ ਪਿੰਡਾਂ ਵਿੱਚ ਨੂੰ ਜਾਂਦੀ ਜਿਹੜੀ। ਇੱਥੇ ਮਸ਼ੀਨਾਂ ਵੀ ਲਾਈਆਂ ਗਈਆਂ ਜੇ ਬਾਈ ਚਾਂਸ ਉਹ ਦੁਕਾਨ ਬੰਦ ਆ ਜਿੱਥੋਂ ਖਾਣ ਪੀਣ ਦਾ ਸਮਾਨ ਚਾਹ ਪਾਣੀ ਮਿਲਦਾ ਹੈ, ਤੁਸੀਂ ਮੁੱਲ ਆਪਣੇ ਕੋਇਨਸ ਇਹਦੇ ਵਿੱਚ ਪਾ ਕੇ ਇੱਥੋਂ ਖਾਣਾ ਪੀਣਾ ਕੋਈ ਐਮਰਜੈਂਸੀ ਰਾਤ ਬਰਾਤੇ ਜਦੋਂ ਬਾਰ ਬੰਦ ਆ ਉਸ ਟਾਈਮ ਲੈ ਸਕਦਾ ਆ। ਕਈ ਵਾਰੀ ਕੋਈ ਰਾਤ ਨੂੰ ਉਤਰਦਾ ਹੈ 11-12 ਵਜੇ ਟ੍ਰੇਨ ਲੱਗਦੀ ਆ, ਕੋਈ ਜਾਣੇ ਵਾਲਾ ਹੁੰਦਾ ਹੈ 11-12 ਵਜੇ। ਅਤੇ ਬਾਕੀ ਇੱਥੇ ਹਰ ਤਰ੍ਹਾਂ ਦੀ ਸਰਵਿਸ ਮੌਜੂਦ ਆ, ਬੱਸਾਂ, ਟੈਕਸੀਆਂ, ਟ੍ਰੇਨ, ਲੋਕਲ, ਆਲੇ ਦੁਆਲੇ ਜਾਣ ਨੂੰ ਹਰ। ਅਤੇ ਆਹ ਹੁਣ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਇੱਥੇ ਹੋਰ ਰਜੂਮੀਲੀਆ ਦੇ ਜੋ ਕਿ ਅਜੂਬੇ ਮੰਨੇ ਜਾਂਦੇ ਆ, ਇੱਕ ਸਪੈਸ਼ਲ ਪੁਲ ਬਣਾਏ ਗਏ ਆ। ਅਤੇ ਆਹ ਤੁਸੀਂ ਦੇਖ ਸਕਦੇ ਹੋ 3 ਪੁਲ ਬਣਾਏ ਆ, 2 ਥੋੜ੍ਹਾ ਜਿਹਾ ਇੱਕੋ ਜਿਹਾ ਆ ਅਤੇ ਇੱਕ ਥੋੜ੍ਹਾ ਡਿਫਰੈਂਟ ਆ, ਇੱਕ ਛੋਟਾ ਜਿਹਾ ਹੋਰ ਵੀ ਆ ਉਹ ਐਂਡ 'ਤੇ ਤੁਹਾਨੂੰ ਦੇਖਣ ਨੂੰ ਮਿਲੂੰਗਾ। ਅਤੇ ਉੱਥੇ ਮੈਂ ਕੈਮਰੇ ਨਾਲ ਸ਼ੂਟਿੰਗ ਨਹੀਂ ਕਰ ਪਾਇਆ, ਗੱਡੀ ਚਲਾਉਂਦੇ ਤਾਂ ਕਰਕੇ ਫੋਨ ਦੇ ਨਾਲ ਹੀ ਕੀਤੀ ਆ, ਅਤੇ ਉਹ ਥੋੜ੍ਹੀ ਜਿਹੀ ਸਕਰੀਨ ਤੁਹਾਨੂੰ
ਹੋਰੀਜ਼ੋਨਟਲ ਵਿੱਚ ਮਿਲੂੰਗੀ, ਇਸ ਤਰ੍ਹਾਂ ਨਹੀਂ ਸਕਰੀਨ ਦੇਖਣ ਨੂੰ ਮਿਲੂੰਗੀ। ਬਹੁਤ ਹੀ ਮਜ਼ਬੂਤੀ ਨਾਲ ਇਹ ਪੁਲ ਤਿਆਰ ਕੀਤੇ ਆ, ਆਲੇ ਦੁਆਲੇ ਤੁਸੀਂ ਦੇਖ ਸਕਦੇ ਤਾਰਾਂ ਦੇ ਨਾਲ ਖਿੱਚ ਪਾਈ ਗਈ ਆ, ਬਹੁਤ ਹੀ ਸੋਹਣੇ ਲੱਗਦੇ ਆ ਦੇਖਣ ਨੂੰ। ਰਾਤ ਨੂੰ ਇਹਨਾਂ ਦੇ ਉੱਪਰ ਲਾਈਟਿੰਗ ਹੁੰਦੀ ਆ, ਦੂਰੋਂ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਉਹ ਪੁਲ ਦੇ ਉੱਪਰ ਲਾਈਟ ਜਗ ਰਹੀ ਆ। ਦੂਜਾ ਪੁਲ ਤੁਸੀਂ ਉਹ ਦੇਖ ਸਕਦੇ ਹੋ, ਫਿਲਹਾਲ ਤੁਹਾਨੂੰ ਮੈਂ ਦੂਰੋਂ ਦਿਖਾ ਰਿਹਾ ਹਾਂ, ਜਿਹੜੀ ਵੀਡੀਓ ਬਾਅਦ 'ਚੋਂ ਆਉਣੀ ਆ ਉਹਦੇ ਵਿੱਚ ਮੈਂ ਗੱਡੀ ਦੇ ਵਿੱਚ ਉੱਥੋਂ ਲੰਘ ਰਿਹਾ ਬਿਲਕੁਲ ਉੱਪਰੋਂ ਪੁਲਾਂ ਦੇ ਹੋ, ਅਤੇ ਤੁਹਾਨੂੰ ਮੈਂ ਥੋੜ੍ਹਾ ਕੋਲੋਂ ਦੇਖਣ ਨੂੰ ਮਿਲੂਗਾ। ਐਂਡਲੀ ਕਲਿੱਪ ਦੇ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਜੀ, ਅਤੇ ਚੈਨਲ ਨਾਲ ਬਣੇ ਰਹੋ, ਜ਼ਰੂਰ ਦੇਖੋ, ਸਪੋਰਟ ਕਰਿਓ ਅਤੇ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਤੁਹਾਡੀ ਸਬਸਕ੍ਰਿਪਸ਼ਨ ਦੇ ਨਾਲ ਹੀ ਸਾਨੂੰ ਪੂਰੀ ਸਪੋਰਟ ਮਿਲਦੀ ਹੈ ਕਿ ਹਿੰਮਤ ਮਿਲਦੀ ਹੈ ਅਗਾਂਹ ਆਉਣ ਵਾਲੀਆਂ ਹੋਰ ਵੀਡੀਓ ਤਿਆਰ ਕਰਨ ਲਈ। ਅਤੇ ਧੰਨਵਾਦ ਜੀ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ।